لا ذکر دا صحیح ماحول بن جائے میں اکھے زندان دے در تے رات رو کے جتنے سید بیٹھے ہو سادات دی نگری ہے اتنی ہائے کریں جو نال اللہ مومن تیرا گواہ بن جاوے زندان دے در تے رات رو کے پیا سجاو دے کیڑی گل سیدا دے مر بھیڑ گئی آئی زندان دے وچ پیا منگدا امداد میرے تے سوال کرو رضا باس قاضی دس دسی سونا منگائے چاندی منگیے کیڑی شے منگیے مت وی نہ میری گل اے سیدہ دا میں چاوڑا ملیا تے معصوم دا وا کر ہاتھ میرے آزاد دیو ڈیر سزا نایو فکر سا میں بھیڑ دے دفن بسم اللہ بابا دیا علی دی راضی ہو لگ لگ دفا زندان دے در تے رت رو کے پیا عہدا پی سجا دے کیڑی گل سیدا تے مار بھیڑ گئی آئی زندان دے وچ پیا منگدا امداد کیڑی شے منگیے سیدا دیو ڈیر سزا نایو فکر سان
بسم اللہ حسین دی دھی دی عمر ہے 3.5 یا 4 سال کوشش کرنا عبادت کر لینا پننا تائیں آپ پہ جڑے چھوٹیاں دیاں لے بیٹھے ہو کتنی عمر ہے 3.5 یا 4 سال کربلا دا پدھے 1600 میل ماتمی نال میری گلے 1600 میل ممبر تے میرا ہاتھ تے اس تو وڈا میرے کول یقین ہی کوئی نہیں 1600 میل دے سفر دے وچ کتھے ہی معصومہ نہیں آ کیا سجاد مینوں بھوک لگی ہے کھانا کھوا واہ 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 دیا علی دی راضیوں میں بھائی جی بابا نوکر ہاں کتھے ہی معصومہ نہیں آ کیا سجاد مینوں بھوک لگی ہے کھانا کھوا اگلا جملہ آکھن لگا جتنے قدردان بیٹھے ہو کتھے ہی معصومہ نہیں آ کیا جی بابا نوکر ہاں کتھے معصومہ نہیں آکھیا سجاد مینوں بھوک لگی ہے کھانا کھوا کتھے معصومہ نہیں آکھیا سجاد مینوں تس لگی ہے پانی پیوا آئی تیار 3.5 یا 4 سال دی جنہاں دیاں چھوٹیاں دھیاں ممبر دی قسم شامیاں سار خود نہیں دتا مرضی نال نہیں دتا بزرگو جوانو معصومہ اللہ نوں واسطہ دتا ہے اگر چوتری چک وچ میں دساں شام وچ حسین دی دھی دا بستر کیڑا ہی تے تہاڈی توہین ہے جڑے قدردان بیٹھے اتنا آدھا سم دی مٹی تے آئی تے سرانا پتھر دا واہ 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 مجلس کربل جی بابا نوکر ہاں
ਸੁੰਦੀ ਮਿੱਟੀ ਤੇ ਸਰਾਣਾ ਪੱਥਰ ਦਾ ਤੁਸੀਂ ਤਾਂ ਜਾਣਦੇ ਹੋ ਮਾਸੂਮਾ ਬਾਬੇ ਦੇ ਸੀਨੇ ਤੇ ਸਮਦੀ ਆਈ ਬਾਬੇ ਦੇ ਬਾਦ ਅਲੀ ਅਕਬਰ ਦੇ ਸੀਨੇ ਤੇ ਬਾਬਾ ਸਫਰ ਤੇ ਜਾਵੇ ਤੇ ਅਲੀ ਅਕਬਰ ਦੇ ਸੀਨੇ ਤੇ ਸਮਦੀ ਆਈ ਹਾਈ ਤੱਕ ਕਾਇਨਾਤ ਦੇ ਬਾਦਸ਼ਾਹ ਦੀ ਧੀ ਤੇ ਯਾਰ ਹਾਈ ਵੀ 3.5 ਜਾਂ 4 ਸਾਲ ਦੀ ਚਲੋ ਇੰਜ ਨਹੀਂ ਜਿਨ੍ਹਾਂ ਨੂੰ ਨਹੀਂ ਸਮਝ ਆਈ ਇੰਜ ਕਰਦਾ ਇੱਕ ਮਿਸਾਲ ਦੇਣਾ ਜਿਨ੍ਹਾਂ ਦੇ ਘਰ 3.5 ਜਾਂ 4 ਸਾਲ ਦੀਆਂ ਧੀਆਂ ਨਾ ਆਪਣੀ ਧੀ ਨੂੰ ਇੱਕ ਰਾਤ ਵਾਸਤੇ ਕੱਲੀ ਜਾ ਤੇ ਸੁਮਾ ਇੰਜ ਨਹੀਂ ਕਰ ਸਕਦਾ ਉਸ ਜ਼ਿੰਦਾਨ ਵਿੱਚ ਸਮਾਜ ਦੀ ਛੱਤ ਨਾ ਹੋਵੇ ਪੂਰਾ ਸਾਲ ਆਦੀ ਰਹੀ ਸਜਾਦ ਮੈਨੂੰ ਬਾਬਾ ਮਿਲਾ ਸਜਾਦ ਮੈਨੂੰ ਬਾਬਾ ਮਿਲਾ ਇੰਨਾ ਸਰ ਨਹੀਂ ਦਿੱਤਾ ਮਾਤਮੀ ਨਾਲ ਮੇਰੀ ਗੱਲ ਏ ਜਦੋਂ ਸਰ ਨਹੀਂ ਨਾ ਦਿੱਤਾ ਵੱਤ ਬੀਬੀ ਅੱਲਾ ਨੂੰ ਵਾਸਤਾ ਦਿੱਤਾ ਹੈ ਵਾਸਤਾ ਹਰ ਬੰਦਾ ਯਾਦ ਕਰ ਲਵੇ ਕਿਸੇ ਨੂੰ ਵੀ ਮੁਸ਼ਕਲ ਹੋਵੇ ਅੱਲਾ ਨੂੰ ਉਹ ਵਾਸਤਾ ਦਿਓ ਅੱਲਾ ਖਾਲੀ ਨਹੀਂ ਮੋੜਦਾ ਮੈਨੂੰ ਰੱਬ ਦੀ ਕਸਮ ਏ ਵਾਸਤਾ ਕਿਹੜਾ ਦਿੱਤਾ ਹੈ ਜਿੱਥੇ ਸੁਣਦੀ ਆਈ ਉਹ ਜਗ੍ਹਾ ਛੋੜ ਕੇ ਚਿੱਟੀ ਦਾੜੀ ਵਾਲੇ ਬਜ਼ੁਰਗੋ ਉਹ ਜਗ੍ਹਾ ਛੋੜ ਕੇ ਨਾ ਅਤੇ ਜ਼ਿੰਦਾਨ ਦੇ ਦਰਵਾਜ਼ੇ 'ਤੇ ਆ ਕੇ ਖੜ ਗਈ ਇੰਜ ਨਿੱਕੇ ਨਿੱਕੇ ਹੱਥ ਵੱਧੇ ਆਸਮਾਨ ਵਾਲੇ ਪਾਸੇ ਵੇਖ ਕੇ ਦੀਏ ਅੱਲਾਹੁਮਾ ਬੇਹੱਕੇ ਜੱਦਤੀ ਅੱਲਾ ਤੈਨੂੰ ਦਾਦੀ ਦੇ ਜ਼ਖਮੀ ਪਾਸੇ ਦਾ ਵਾਸਤਾ ਹੀ ਬਾਬਾ ਮਿਲਾ ਵਾਹ ਵਾਹ ਦੀਆਂ ਅਲੀ ਦੀਆਂ ਰਾਜ਼ੀ ਹੋਵਣ ਅੱਲਾ ਤੈਨੂੰ ਦਾਦੀ ਦੇ ਜ਼ਖਮੀ ਪਾਸੇ ਦਾ ਵਾਸਤਾ ਹੀ ਬਾਬਾ ਮਿਲਾ ਬਜ਼ੁਰਗੋ ਭਾਈਓ ਜਵਾਨੋ ਜੇ ਹਾਏ ਕਰੋ ਤੇ ਜੁਮਲਾ ਥਾਂ ਵਾਸਤਾ ਦੇ ਕੇ ਅੱਲਾ ਨੂੰ ਆ ਕੇ ਸਹਿ ਪਈ ਸੁੱਤੀ ਤੇ ਖਾਬ ਵਿੱਚ ਬਾਬਾ ਮਿਲਾ ਮਾਤਮੀ ਨਾਲ ਮੇਰੀ ਗੱਲ ਏ ਸੁੱਤੀ ਤੇ ਖਾਬ ਵਿੱਚ ਬਾਬਾ ਮਿਲਾ ਤੁਸੀਂ ਜਾਣਦੇ ਹੋ ਬੱਚੇ ਨੂੰ ਪਿਆਸ ਲੱਗੀ ਹੋਵੇ ਜਾਂ ਪਿਆਰ ਦੇ ਰਿਸ਼ਤੇ ਮਿਲਣ ਨਾ ਤੇ ਦੁੱਖ ਵੱਧ ਜਾਂਦੇ ਨੇ ਖਾਬ ਵਿੱਚ ਬਾਬੇ ਨੂੰ ਡਿੱਠਾ ਤੇ ਦੋਵਾਂ ਵੀਰਾਂ ਦਾ ਖੂਨ ਲੱਗਾ ਹੋਇਆ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਆਈ ਇੰਜਾ ਤਾਂ ਆਬਰੂ ਕੱਟੇ ਹੋਏ ਕੁਰਾਨ ਦੀ ਜਿਲਦ ਫੱਟੀ ਹੋਈ ਮਾਤਮੀਓ ਜਵਾਨੋ ਮਾਸੂਮਾਂ ਦੇ ਦੁੱਖ ਵੱਧੇ ਮਾਸੂਮਾਂ ਦੇ ਵੈਣ ਬੁਲੰਦ ਹੋਏ ਸਜਾਦ ਬਾਦਸ਼ਾਹ ਕੋਲ ਆ ਕੇ ਬਹਿ ਗਏ ਮਾਸੂਮਾਂ ਕੀ ਹੋਇਆ ਬੀਬੀਆਂ ਦੀ ਸਜਾਦ ਪੂਰਾ ਸਾਲ ਹੋ ਗਿਆ ਮੈਂ ਤੈਨੂੰ ਆਦੀ ਰਹੀ ਹਾਂ ਮੈਨੂੰ ਬਾਬਾ ਮਿਲਾ ਮੈਨੂੰ ਬਾਬਾ ਮਿਲਾ ਅੱਜ ਮੈਂ ਅੱਲਾਹ ਨੂੰ ਵਾਸਤਾ ਦੇ ਛੁੜਿਆ ਮਾਤਮੀ ਨਾਲ ਮੇਰੀ ਗੱਲ ਏ ਮੈਂ ਅੱਲਾਹ ਨੂੰ ਵਾਸਤਾ ਦੇ ਛੁੜਿਆ ਸਜਾਦ ਤੈਨੂੰ ਕੀ ਦੱਸਾਂ ਖਾਬ ਵਿੱਚ ਮੈਨੂੰ ਮੇਰਾ ਬਾਬਾ ਮਿਲਾ ਇਹ ਦੋਵਾਂ ਵੀਰਾਂ ਦਾ ਖੂਨ ਲੱਗਾ ਹੋਇਆ ਜੀ ਆਬਰੂ ਕੱਟੇ ਹੋਏ ਹੁਣ ਸਜਾਦ ਦੀ ਢਾ ਨਿਕਲੀਏ ਹੱਕਲ ਮਾਰ ਕਹਿੰਦਾ ਮੈਂ ਤੇਰੀ ਯਤੀਮੀ ਤੇ ਰੋਣਾ ਤੂੰ ਮੇਰੀ ਗਰੀਬੀ ਤੇ ਰੋ ਵਾਹ 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 ਦੀਆਂ ਅਲੀ ਦੀਆਂ ਰਾਜ਼ੀ ਹੋਣ ਬਈ ਖਤਮ ਮੇਰੀ ਪੜ੍ਹਾਈ ਸਜਾਦ ਦੀ ਆਵਾਜ਼ ਆਉਂਦੀ ਹੈ ਮੈਂ ਤੇਰੀ ਯਤੀਮੀ ਤੇ ਰੋਣਾ ਤੂੰ ਮੇਰੀ ਗਰੀਬੀ ਤੇ ਰੋ ਦਰਜਾਤ ਬੁਲੰਦ ਹੋਣ ਬਾਬੇ ਅਹਿਮਦ ਬੱਟੀ ਮਰਹੂਮ ਦੇ ਜਿਹੜਾ ਸੋਨੇ ਦੀ ਕਲਮ ਨਾਲ ਜੁਮਲਾ ਲਿਖਿਆ ਦੋਵੇਂ ਭੇਣ ਭਰਾ ਰੁਨੇ ਜਿਹੜੇ ਕਦੀ ਨਹੀਂ ਅਜ਼ਾਦਾਰ ਬੈਠੇ ਹੋ ਉਹ ਹਾਏ ਕਰਨ ਜਵਾਨਾਂ ਦੀ ਆਪਣੀ ਮਰਜ਼ੀ ਮੈਨੂੰ ਰੱਬ ਦੀ ਕਸਮ ਏ ਸਜਾਦ ਭੇਣ ਬਾਦਸ਼ਾਹ ਰੁਨੇ ਮਾਸੂਮਾ ਰੁਨੇ ਦੋਵਾਂ ਭੇਣ ਭਰਾ ਦੀਆਂ ਵੈਣਾ ਜੁਮਲਾ ਮੈਂ ਆਖਣ ਲੱਗਾ ਬੱਟੀ ਸਾਹਿਬ ਦਾ ਦੋਵਾਂ ਭੇਣ ਭਰਾ ਦੀਆਂ ਵੈਣਾ ਕੁਰਾਨ ਨੇ ਨਾਤਿਕ ਦੀਆਂ ਬੇਗਿਲਾਫ ਤਫਸੀਰਾਂ ਨੂੰ ਉੱਠਣ ਤੇ ਮਜਬੂਰ ਕਰ ਦਿੱਤਾ ਅਲੀ ਦੀਆਂ ਧੀਆਂ ਉੱਠੀਆਂ ਸਜਾਦ ਕੀ ਹੋਇਆ ਸੱਜਾ ਦਿੱਢਾ ਨਿਕਲੀ ਹੱਕਲ ਮਾਰ ਕੇ ਦਾ ਗੁੱਫੀ ਅੰਮਾ ਕਿਆ ਦੱਸਾਂ ਪਹਿਲੇ ਤਾਂ ਆਦੀ ਰਹੀ ਮੈਨੂੰ ਬਾਬਾ ਮਿਲਾ ਮੈਨੂੰ ਬਾਬਾ ਮਿਲਾ ਇੰਨਾ ਸਰ ਨਹੀਂ ਦਿੱਤਾ ਅੱਲਾ ਨੂੰ ਵਾਸਤਾ ਦੇ ਛੁੜਿਆ ਮਾਸੂਮਾ ਹੁਣ ਆਦੀ ਜੇ ਤਾਈਂ ਪਿਓ ਦਾ ਸਰ ਨਾ ਮਿਲਾ ਇਤਨਾ ਰੋਸਾਂ ਜੋ ਸ਼ਾਮ ਬਰਬਾਦ ਹੋਵੇ ਸੀ ਬੀਬੀ ਆਦੀ ਸੱਜਾ ਤੂੰ ਨਾ ਰੋ ਸਾਡਾ ਤਾਂ ਅਕਬਰ ਵੀ ਤੂੰ ਏ ਸਾਡਾ ਤਾਂ ਗਾਜ਼ੀ ਵੀ ਤੂੰ ਏ ਸੱਜਾ ਤੂੰ ਨਾ ਰੋ ਅਸਾਂ ਕੋਸ਼ਿਸ਼ ਕਰਦੀਆਂ ਮਾਤਮੀ ਨਾਲ ਮੇਰੀ ਗੱਲ ਹੈ ਖਤਮ ਮੇਰੀ ਪੜ੍ਹਾਈ ਬਿਲਕੁਲ ਵੈਣ ਦੇ ਨਜ਼ਦੀਕ ਹਾਂ ਉਹ ਜਵਾਨੋ ਹਰ ਕੋਈ ਸ਼ਾਮ ਵਿੱਚ ਅਮਨ ਦੀ ਨੀਂਦਰ ਸੁੱਤਾ ਹੋਇਆ ਏ ਹਰ ਕੋਈ ਸ਼ਾਮ ਵਿੱਚ ਅਮਨ ਮੈਂ ਭੁੱਲਾ ਨਹੀਂ ਹਰ ਕੋਈ ਸ਼ਾਮ ਵਿੱਚ ਅਮਨ ਦੀ ਨੀਂਦਰ ਸੁੱਤਾ ਹੋਇਆ ਏ ਅਲੀ ਦੀਆਂ ਨੂੰਹਾਂ ਤੇ ਧੀਆਂ ਸੰਗਲੇ ਮੌਤ ਦੇ ਬੱਦੇ ਹੋਏ ਕਹਿ ਵੇਲੇ ਆਲੀ ਅੱਗੇ ਵੱਧ ਕਿਆ ਦਿਨ ਮਾਸੂਮਾ ਆ ਮੈਂ ਚਾਹਵਾਂ ਕਹਿ ਵੇਲੇ ਸੈਣ ਰੁਬਾਬ ਅੱਗੇ ਵੱਧ ਕਿਆ ਦਿਨ ਮਾਸੂਮਾ ਆ ਮੈਂ ਚਾਹਵਾਂ ਉਹ ਜਵਾਨੋ ਅਕਬਰ ਦੀ ਮਾਂ ਦੇ ਖੂਨ ਦੀ ਮਹਿੰਦੀ ਲੱਗੀ ਹੋਈ ਹੈ ਅੱਗੇ ਹੱਥ ਵਧਾ ਕੇ ਦੀਏ ਆ ਮੈਂ ਚਾਹਵਾਂ ਕਹਿ ਕੋਲ ਨਹੀਂ ਗਈ ਸੱਜਾਦ ਦੇ ਗੱਲ 'ਚ ਬਾਈ ਪਾਈਆਂ ਹੋਈਆਂ ਇੱਥੇ ਤਾਂ ਮਾਸੂਮਾਂ ਦੀ ਇਹ ਹਾਲਤ ਹੈ ਉੱਥੇ ਬਾਬਾ ਜੀ ਹੁਸੈਨ ਦੇ ਸਰ ਦੀ ਕਿਹੜੀ ਹਾਲਤ ਆਈ ਤਾਇਰ ਬਿਨ ਅਬਦੁੱਲਾ ਸਿਪਾਹੀ ਇਹ ਜਿਹੜਾ ਹੁਸੈਨ ਦੇ ਸਰ ਦਾ ਪਹਾੜਾ ਦਿੰਦਾ ਹੈ ਤਾਇਰਾਂ ਦਾ ਅਧਰਾਤ ਦਾ ਮੰਜ਼ਰ ਆਈ ਜਦੋਂ ਮਾਸੂਮਾਂ ਦੇ ਵੈਣ ਵੱਧੇ ਨਾ ਸੰਦੂਕ ਦਾ ਤਾਲਾ ਤਰੁੱਟਾ ਹੈ ਉਹ ਜਵਾਨੋ ਸੰਦੂਕ ਦਾ ਮੂੰਹ ਖੁੱਲ੍ਹਾ ਹੈ ਛੱਤ ਨਾਲ ਵੰਜ ਕੇ ਹੁਸੈਨ ਦਾ ਸਰ ਰੁਕ ਗਿਆ ਹੈ ਕੱਪੇ ਹੋਏ ਗੱਲ ਨਾ ਰੋ ਕੈਦ ਖਾਨੇ ਤੋਂ ਫਿਰ ਗਏ ਹੱਕਲ ਮਾਰ ਕਹਿੰਦਾ ਆਲੀਆ ਮੈਂ ਤੂੰ ਦੱਸਿਆ ਮੇਰੀ ਮਾਸੂਮਾਂ ਕਹਿ ਰੋਈ ਆਈ ਸੈਯਦਾ ਦਾ ਡਾਣੀ ਰੱਡੀਆਂ ਦਰੀਆਂ ਹਰ ਕੋਈ ਰੋਵੇ ਮੇਰੀ ਮਾਸੂਮਾਂ ਨਾ ਰੋਵੇ ਮਤਮੀ ਨਾ
میں بابے دا ہو کا سنا تا ہر کہ چوتری چک لے جویں معصوما سنا ہے انج کہ نہیں سنا سجا تے گل چبائی جڑا کہہ دیے سجا اللہ میرا بابا مینوں ملن آ گئے واہ واہ سجا جزید ڈر کے اٹھایا کل مار کے دتا ہے قیامت تا نہیں آ گئی ادا قیامت نہیں آئی پتہ نہیں کرے رنگ نال حسین نو مارا بچی چپ نہیں پئی کردی ادا مشورہ دے کیا کرا دا جتنی جلدی ہو سکتا ہے حسین دا سر وچ مینوں غازی دے کٹے بازواں دی قسم ہے طاہر بن عبداللہ سپاہی ہے کہڑا حسین دا سر چا کے ٹر پیا ہے زندان دے دروازے تے آ گیا دا سجا اعلان سماعت فرما لیں انشاءاللہ 20 ماہ رمضان اسی مقام پر سید عامر شاہ کے زیر اہتمام مجلس دعوت کی جس میں ذاکر بیت سید عمران حیدر قادمیہ بورے والا ذاکر بیت ملک ناہید عباد جٹ لالی سر کروڑ ذاکر بیت قاضی وسیم عباس ملتان ذاکر بیت تقی عباس قیامت ذاکر بیت ملک جعفر تیار ڈھیرا ذاکر بیت جناب آصف رضا حیدری ملتان ذاکر بیت سید عدنان صابر مہر ذاکر بیت محسن رضا تھائیم ذاکر بیت سید قلندر علی شاہ صاحب ذاکر بیت حسن رضا حاشم سلام ہیں ذاکر بیت سید نالین عباد شاہ صاحب ذاکر بیت جناب اللہ رکھا حیدری ذاکر بیت سر مصر علی شاہ صاحب ذاکر بیت جناب مولانا قمر شفقت صاحب ذاکر بیت عمیر شاہ پتھر اور وجاہت بھٹی خطاب فرمائیں گے شرکت کر کے ثواب دارین حاصل کریں سامعین محترم اب آپ کے سامنے میں جس ہستی کو دعوت دے رہا ہوں کسی تعارف کے محتاج نہیں ہے ملک کی نامورستی شہنشاہ فضیل احمد صاحب شہنشاہ غالب قصیب واجب الاحترام واجب القدر میرے بڑے بھائی جناب سید عمران حیدر قادمی اپنے مخصوص انداز میں فضیل آل محمد اور مصحب آل محمد بیان فرمائیں گے شاہ صاحب قیامت پر بابا دے غلام نعرہ